ਅਸਲਾਮ ਅਲੈਕੁਮ, ਮੇਰਾ ਨਾਮ ਅਮਨ ਮਾਨ ਹੈ। ਤੁਸੀਂ ਸਾਰੇ ਵੇਖ ਰਹੇ ਹੋ ਪੰਜਾਬੀ ਵਲੋਗ। ਅੱਜ ਜੀ ਅਸਾਂ ਮੁਰੱਬੇ 'ਤੇ ਨਵਾਂ ਸਿਸਟਮ ਲਾਉਣ ਲੱਗੇ ਹਾਂ ਅਤੇ ਤੁਹਾਨੂੰ ਵਿਖਾਵਾਂਗੇ ਨਵਾਂ ਸਿਸਟਮ ਕਿਹੜਾ ਅਸਾਂ ਲਾਉਣਾ ਡੇਰੇ 'ਤੇ। ਆ ਜੀ ਇੱਟਾਂ ਗਿੱਲੀਆਂ ਹੋਈਆਂ ਪਈਆਂ ਨੇ। ਆ ਨਵਾਂ ਇੱਕ ਕਾਰਨਾਮਾ ਕਰੋ ਹਾਂ ਅਸਾਂ। ਆ ਸਾਡੇ ਮਿਸਤਰੀ ਸਾਹਿਬ ਆ ਰਹੇ ਨੇ, ਮਿਸਤਰੀ ਇੱਥੇ ਸੀਮੈਂਟ ਬਣਾਓ ਹੈ। ਆ ਸ਼ਿਕੰਜਾ ਪਿਆ ਅਤੇ ਆ ਨਵੀਂ ਪਲੇਟ ਆਈ ਪਈ ਆ ਨਹੀਂ ਆ ਲਈ। ਆਹ ਨਿਕਲੀ ਉਹ ਪਲੇਟ ਡਬਲ ਗਲਾਸ ਵਾਲੀ, ਨਹੀਂ ਨਹੀਂ ਚੱਲੇਗੀ। ਸਾਡੇ ਮਿਸਤਰੀ ਨੋਲ ਪੈ ਗਿਆ ਵੀ ਪਤਾ ਨਹੀਂ ਚੱਲੇਗੀ ਵੀ ਕਿ ਨਹੀਂ। ਆਪੇ ਲਿਆਉਣ ਆ ਲੈਂਦੇ ਹਾਲੇ, ਆਪੇ ਪਿਆ ਦੇ ਜਿਹਨੇ ਚੱਲੇਗੀ ਕਿ ਪਤਾ ਨਹੀਂ। ਨਹੀਂ ਚੈੱਕ ਕਰੋ ਉੱਤੇ ਰੱਖ ਕੇ ਪਰ ਫੜ ਪਲੇਟ 'ਤੇ ਫਿੱਟ ਆ ਗਈ ਜੇ ਕਾਬਲੇ ਐਂ ਪੂਰੇ ਜੇ ਜ਼ਬਰਦਸਤ ਆ। ਡਬਲ ਗਲਾਸ ਦਾ ਕੀ ਫਾਇਦਾ? ਡਬਲ ਕੀ ਤਾਂ ਸਿੰਗਲ ਹੈ। ਨਹੀਂ ਆ ਨਹੀਂ ਹੈਗਾ ਅੱਗੇ, ਆ ਵੀ ਗਲਾਸ ਹੈ ਅਤੇ ਅਗਲੇ ਪਾਸੋਂ ਵੇਖੋ। ਮੈਂ ਆ ਸੀਮੈਂਟ ਵਾਸਤੇ ਰੇਤ ਜਾ ਰਹੀ ਹੈ ਜਿਹੜਾ ਸੀਮੈਂਟ ਬਣਾਉਣਾ। ਦੋ ਤਾਂ ਵੀ ਪਾਉਣੇ ਨੇ, ਦੋ ਤਾਂ ਵੀ ਪੈਣਗੇ ਤਾਂ ਲੱਗਣਾ ਸ਼ਿਕੰਜਾ। ਚੜ੍ਹਨੀਆਂ ਵੇਖ ਇੱਥੇ ਕਹਿਣ ਦੇ ਉੱਤੇ ਜਾਣਾ। ਵੇਖੋ ਮਿਸਤਰੀ ਸੀਮੈਂਟ ਬਣਾ ਲਿਆ, ਇੱਥੇ ਸੀਮੈਂਟ ਤਿਆਰ। ਪਤਲਾ ਗਾਲ ਕੀਤਾ ਮਿਸਤਰੀ ਮਸਾਲਿਆਂ ਦਾ ਲੱਗਾ ਖਾਲਾ। ਇੱਥੇ ਇਸ ਪਾਸੋਂ ਹੈਗਾ ਜ਼ਿਆਦਾ ਉੱਚਾ ਤਾਂ ਥੱਲੇ ਇੱਟਾਂ ਰੱਖੀ ਰਹੀਆਂ ਨਾਲ। ਅਸਲਾਨ ਆਨੇ ਦੇ ਪਾਣੀ ਵੇਖੇ, ਹਰ ਪਾਸੋਂ ਦੇਸੀ ਜੁਗਾੜ ਲੱਗਾ ਆ। ਇੱਥੇ ਸਾਰੀ ਆਪਣਾ ਕੰਮ ਜਾ ਰਹੀ ਹੈ। ਲਓ ਬਈ ਸਟੈਂਡ 'ਤੇ ਲੱਗ ਗਿਆ ਜੇ ਮਿਸਤਰੀ, ਆਖਰੀ ਕੰਮ ਮੁਕਾਈ ਖਲਾ। ਆਹ ਚਾਹ ਮੀਆਂ ਸਾਹਮਣੇ ਮੱਝਾਂ ਨਵਾਉਣ ਨਵਾ ਰਿਹਾ ਆ, ਵੇਦੋਂ ਬੈਲ ਨੂੰ ਲੱਗੇ ਖਲੇ।
ਉਹ ਹੱਲ ਥੱਲੇ ਸੀਮਟ ਪਿਆ ਤੇ ਥੋੜ੍ਹੇ ਕੰਮ ਰਹਿੰਦਾ। ਆਹ ਤਾਂ ਕੰਮ ਹੋ ਗਿਆ ਫਿੱਟ, ਜੁੜ ਗਿਆ ਸਾਰਾ। ਆਹ ਪਲੇਟ ਓਕੇ ਹੋ ਗਈ। ਆਹ ਵੇਖੋ ਕਾਬਲੇ ਸ਼ਾਬਲੇ ਕਸੀ ਗਏ ਨੇ ਥੱਲੇ। ਆਹ ਤਾਰ ਲੱਗ ਗਈ। ਹੁਣ ਵੇਖੋ ਕਰੰਟ ਕੀ ਹਿਸਾਬ ਆ ਘਰ ਦੀ। ਨਾਲ ਕਿਤੇ ਬੰਨ ਦਿਓ ਥੋੜ੍ਹਾ ਜਿਹਾ ਕਲੰਪ ਕਸਿੰਦੇ ਪੈਣਾ, ਤਾਰ ਦੀ ਮਜ਼ਬੂਤੀ ਰਹੇ। ਉਤਰ ਜਾਓ ਉਤਰ ਜਾਓ, ਵੇਖ ਕੇ ਉਤਰੇ ਕਿਤੇ ਡਿੱਗੇ ਜੇ ਨਾ। ਸੋਚੀ ਪਿਆ ਤੇ ਬੰਦਾ ਗਿਆ ਦਿੱਤਾ। ਆਹ ਜੀ ਨਾਲ ਦੇਸੀ ਜੁਗਾੜ ਲਾਇਆ ਇੱਧਰ ਵੇਖੋ। ਆਹ ਤੇ ਅਰਸ਼ਾ ਲੱਗੀ ਹੋਈ ਸੀ ਨਾਲ, ਆ ਵੀ ਮਜ਼ਬੂਤੀ ਵਾਸਤੇ ਰੱਖ ਦਿੱਤਾ ਇਹਨੇ ਗਾਡਰ ਬਈ। ਆਹ ਨਾ ਹੋਵੇ ਬਈ ਹਵਾ ਆਵੇ ਤੇ ਪਲੇਟ ਅਗਾਂ ਰੂੜੀ ਤੇ ਗਈ ਪਈ ਹੋਵੇ। ਦਿੱਤਾ ਵੇਖ ਕੇ ਕਿਦਾਂ ਕਾਂ ਦੇ ਨਾਲ ਲੱਗੀ ਆ ਵੀ। ਹੁਣ ਤਾਂ ਭੱਜੀ ਜਾਂਦੀ ਹੋ। ਇੱਥੇ ਜੀ ਡੱਬੀ ਲਾਉਣੀ, ਡੱਬੀ ਲਾ ਕੇ ਅਤੇ ਉੱਧਰ ਨਾਲ ਬੈਟਰੀ ਦੇ ਲੈ ਜਾਵਾਂਗੇ। ਨਾਲ ਬੈਟਰੀ ਦਾ ਪਤਾ ਲੱਗ ਜਾਏ ਕਿੰਨੀ ਚਾਰਜ ਹੋਈ ਕਿੰਨਾ ਕੁ, ਨਾਲ ਪੰਪ ਚੱਲਦਾ ਰਹੇਗਾ। ਤਾਂ ਵਾਸਤੇ ਇੰਨੀ ਮੁਸ਼ਕਤ ਕੀਤੀ ਹੈ, ਇੱਥੇ ਉੱਤੋਂ ਤਾਰ ਆਉਂਦੀ ਪਈ, ਇੱਥੇ ਹੀ ਵਿੱਚ ਇੱਥੇ ਨਾਲ ਬੈਟਰੀ ਲੱਗ ਜਾਏਗੀ ਅੰਦਰ ਬਾਹਰ। ਬਸ ਕਰੋ। ਹਾਂ ਵੇਖੋ ਜੀ ਛੋਟੇ ਛੋਟੇ ਕੇਲ ਲੱਗ ਗਏ ਨੇ। ਹਾਂ ਜੀ ਸਿਸਟਮ ਬਾਹਰ ਲੱਗ ਜਾਵੇ ਤਾਂ ਮੋੜ ਬਾਹਰੇ ਪਾਣੀ ਸ਼ਾਣੀ ਤੋਂ ਨਹੀਂ ਲਾਇਆ ਹੋ ਰਹਿੰਦਾ ਕੀ। ਅੱਛਾ ਬਾਹਰ ਲੱਗ ਜਾਂਦਾ ਸੀ, ਜਿੱਥੇ ਮਰਜ਼ੀ ਇਹਨੂੰ ਲਾ ਲੈਣੇ ਸ਼ੋਧ ਕਿਆ ਮੈਂ ਕਰੋ ਲੜਿਆ। ਨਾਲ ਪਲੇਟ ਦਾ ਕਰੰਟ ਕਰੰਟ ਹੀ ਦੱਸੇਗਾ ਵੀ ਕਿੰਨਾ ਪਲੇਟ ਦਾ, ਇਹ ਹੁਣ ਪਤਾ ਨਹੀਂ ਪਲਾਸ ਕਿੱਥੇ ਤੇ ਬੈਟਰੀ ਫੁੱਲ ਹੋ ਗਈ ਤੇ ਮੋੜ ਪਿੱਛੋਂ ਕਰੰਟ ਬੰਦ ਹੋ ਜਾਣਾ ਕਿ ਕੀ ਮਸਲਾ ਬਣਨਾ। ਅੱਛਾ ਕਰੰਟ ਛੱਡ ਜਾਂਦਾ ਤੇ ਜੇ ਖਰਾਬ ਹੋ ਜਾ ਤੇ ਮੁੜ ਬੈਟਰੀ ਗਈ ਨਹੀਂ। ਕਰੰਟ ਜ਼ਿਆਦਾ ਬੈਟਰੀ ਲੈ ਕੇ ਆ ਤੇ ਖਰਾਬ ਹੋ ਜਾਵੇ ਤੇ ਜ਼ਿਆਦਾ ਹੈ ਨਹੀਂ ਜਾਣ ਜਾਂਦਾ। ਹਾਂ ਵੋਲ ਤਾਂ ਦੱਸ ਰਹੀ। ਸਾਡਾ ਮਿਸਤਰੀ ਕੰਮ ਨੂੰ ਲੱਗਾ ਹਾਲਾ ਹੀ। ਆਹ ਸਿੱਧਾ ਡਾਇਰੈਕਟ ਸਿਸਟਮ ਚੱਲਦਾ ਪਿਆ, ਤਾਰਾਂ ਸ਼ਾਰਾਂ ਵੇਖੋ। ਆਹ ਪਿੱਛੇ ਜਿਹੜੀ ਤਾਰ ਆਉਂਦੀ ਪੈਂਦੇ ਨਾਲ ਡਾਇਰੈਕਟ ਲਾ ਕੇ। ਸਾਜੀ ਪਾਣੀ ਤਾਂ ਚੰਗਾ, ਪਾਣੀ ਸਹਿ ਦਿੰਦੀ ਪਈ ਮੋਟਰ। ਆਹ ਇੱਥੇ ਚੱਲ ਰਿਹਾ ਜਿਹੜੀ ਡੱਬੀ ਇਹਦੇ 12 ਵੋਲਟ ਆਉਣ ਅਤੇ
ਪੰਪ ਜਿਹੜਾ ਨਾ ਸਕੂਨ ਨਾਲ ਚੱਲਦਾ ਹੁਣ ਜਿਵੇਂ ਥੋੜ੍ਹਾ ਹੋ ਗਿਆ 10-11 ਬਾਹਰ ਧੁੱਪ ਕੋਈ ਨਹੀਂ ਐਡੀ ਹੁਣ 17-18 ਮੁੜਾ ਆ ਗਿਆ ਆ ਤੈਰ ਇੱਥੋਂ ਹੀ ਆ ਕੇ ਥੱਲੇ ਨਾਲ ਪੂਰ ਕੇ ਆ ਪੈਪ ਥਾਣੀ ਵਿੱਚੋਂ ਐਂ ਤਰ੍ਹਾਂ ਟਪਾ ਲਈ ਇੱਥੇ ਆ ਬੈਟਰੀ ਇੱਥੇ ਰੱਖੀ ਗਈ ਇੱਥੇ ਆ ਤਾਰ ਜਾਂਦੀ ਪਈ ਉੱਥੇ ਵਿੱਚ ਇੱਦਾਂ ਹੀ ਉਹ ਸਿਸਟਮ ਸੀ ਸਾਰਾ ਜਿਹੜਾ ਅਸਾਂ ਲਾਇਆ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਈ ਹੋਵੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇਨਸ਼ਾਅੱਲਾ ਅਗਲੀ ਅਤੇ ਨਈ ਵੀਡੀਓ ਨਾਲ ਮੁਲਾਕਾਤ ਹੋਏਗੀ ਗੁੱਡ ਬਾਏ।